कौन सी अलचापो जिसका जिक्र सिद्धू मूसेवाले ने अपने गीत विच किया? यूएसए विच सब तो वड्डी ड्रग माफिया चलाउण वाले एक गैंगस्टर नूं क्यों मानदे ने मैक्सिकन लोक अपना मसीहा? अते अलचापो यूएसए ते मैक्सिको दी सरकार खिलाफ अजिही केड़ी सोच रखदा सी जिस दी तुलना सिद्धू ने अपनी मत नाल कीती? ਜਦੋਂ ਵੀ ਆਪਾਂ ਡਰੱਗ ਮਾਫੀਆ ਲੀਡਰਸ ਦੀ ਗੱਲ ਕਰਦੇ ਹਾਂ ਤਾਂ ਸਭ ਦੇ ਦਿਮਾਗ ਵਿੱਚ ਦੋ ਹੀ ਨਾਮ ਆਉਂਦੇ ਹਨ, ਪਾਬਲੋ ਐਸਕੋਬਾਰ ਅਤੇ ਅਲਚਾਪੋ। ਦੋਨਾਂ ਨੇ ਇਸ ਕਾਲੇ ਧੰਦੇ ਤੋਂ ਰੱਜ ਕੇ ਪੈਸਾ ਕਮਾਇਆ। ਕਤਲ, ਗੈਂਗਵਾਰ, ਫਿਰੋਤੀ, ਇਹਨਾਂ ਲਈ ਇੱਕ ਆਮ ਗੱਲ ਸੀ, ਪਰ ਜੰਮਦਾ ਤਾਂ ਕੋਈ ਗੈਂਗਸਟਰ ਜਾਂ ਕ੍ਰਿਮੀਨਲ ਨਹੀਂ ਹੁੰਦਾ। ਅਕਸਰ ਜ਼ਿੰਦਗੀ ਦੇ ਕੁਝ ਫੈਸਲੇ ਹੀ ਬੰਦੇ ਨੂੰ ਅਜਿਹੇ ਮੋੜ ਤੇ ਲਿਆ ਖੜਾ ਕਰ ਦਿੰਦੇ ਜਿੱਥੇ ਉਹ ਪੈਸਾ ਕਮਾਉਣ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ। ਤੇ ਇਹੋ ਜਿਹਾ ਕੁਝ ਅਲਚਾਪੋ ਦੀ ਜ਼ਿੰਦਗੀ ਵਿੱਚ ਵੀ ਹੋਇਆ। ਜੁਆਕੁਇਨ ਅਰਚੀਵਾਲਡੋ ਗੁਜ਼ਮੈਨ ਉਫ ਅਲਚਾਪੋ ਦਾ ਜਨਮ 4 April 1957 ਨੂੰ ਮੈਕਸੀਕੋ ਦੀ ਸਿਨਾਲੋਗਾ ਸਟੇਟ ਵਿਖੇ ਇੱਕ ਬਹੁਤ ਗਰੀਬ ਪਰਿਵਾਰ ਵਿੱਚ ਹੋਇਆ। ਅਲਚਾਪੋ ਦਾ ਪਿਓ ਜਾਨਵਰ ਚਾਰਨ ਦਾ ਕੰਮ ਕਰਦਾ ਸੀ ਜਿਸ ਤੋਂ ਇੰਨੀ ਆਮਦਨ ਨਹੀਂ ਸੀ ਹੁੰਦੀ ਕਿ ਉਹ ਆਪਣੇ ਘਰ ਦਾ ਖਰਚਾ ਤੇ ਅਲਚਾਪੋ ਦੀ ਸਕੂਲ ਫੀਸ ਭਰ ਸਕੇ, ਜਿਸ ਕਰਕੇ ਅਲਚਾਪੋ ਨੂੰ ਆਪਣੀ ਪੜ੍ਹਾਈ ਤੀਜੀ ਜਮਾਤ ਵਿੱਚ ਹੀ ਛੱਡਣੀ ਪਈ। ਅਲਚਾਪੋ ਦਾ ਪਿਓ ਇੱਕ ਸ਼ਰਾਬੀ ਤੇ ਐਯਾਸ਼ੀ ਕਰਨ ਵਾਲਾ ਵਿਅਕਤੀ ਸੀ। ਉਹ ਆਪਣੇ ਕਮਾਏ ਹੋਏ ਸਾਰੇ ਪੈਸੇ ਸ਼ਰਾਬ ਜਾਂ ਕੁੜੀਆਂ ਤੇ ਉਡਾ ਦਿੰਦਾ ਅਤੇ ਆਪਣੀ ਐਯਾਸ਼ੀ ਦੇ ਖਰਚੇ ਚੁੱਕਣ ਲਈ ਅਲਚਾਪੋ ਦਾ ਪਿਓ 2 ਨੰਬਰ ਦੇ ਕੰਮ ਵੀ ਕਰਦਾ ਜਿਸ ਵਿੱਚ ਉਹ ਗੈਰ ਕਾਨੂੰਨੀ ਢੰਗ ਨਾਲ ਜਾਣੀ ਖਸਖਸ ਦੀ ਖੇਤੀ ਕਰਦਾ। ਅਲਚਾਪੋ ਆਪਣਾ ਬਚਪਨ ਗਰੀਬੀ ਵਿੱਚ ਕੱਢ ਰਿਹਾ ਸੀ। ਖਰਚੇ ਲਈ ਜਦ ਵੀ ਆਪਣੇ ਪਿਓ ਤੋਂ ਪੈਸੇ ਮੰਗਦਾ ਤਾਂ ਪੈਸਿਆਂ ਦੀ ਥਾਂ ਉਸਨੂੰ ਆਪਣੇ ਪਿਓ ਦਾ ਤਸੱਦਤ ਹੀ ਚੱਲਣਾ ਪੈਂਦਾ, ਜਿਸ ਕਰਕੇ ਛੋਟੀ ਉਮਰ ਵਿੱਚ ਹੀ ਅਲਚਾਪੋ ਨੇ ਫੈਸਲਾ ਲਿਆ ਕਿ ਉਹ ਆਪਣਾ ਆਪ ਕਮਾ ਕੇ ਖਾਵੇਗਾ ਅਤੇ ਫਿਰ ਅਲਚਾਪੋ ਨੇ ਸੜਕਾਂ ਤੇ ਸੰਤਰੇ ਵੇਚਣੇ ਸ਼ੁਰੂ ਕਰ ਦਿੱਤੇ। ਪਰ ਜਿਸ ਲਾਟੁੰਨਾ ਨਾਮ ਦੇ ਪਿੰਡ ਵਿੱਚ ਅਲਚਾਪੋ ਰਹਿੰਦਾ ਸੀ ਉਹ ਬਹੁਤ ਹੀ ਪਿਛੜਿਆ ਤੇ ਗਰੀਬ ਸੀ। ਆਵਾਜਾਈ ਦੀ ਘਾਟ ਹੋਣ ਕਰਕੇ ਨਾ ਅਲਚਾਪੋ ਦੇ ਸੰਤਰੇ ਵਿਕਦੇ ਅਤੇ ਨਾ ਹੀ ਉਹ ਕੋਈ ਪੈਸੇ ਕਮਾ ਪਾਉਂਦਾ। ਕੰਮ ਦੀ ਘਾਟ ਹੋਣ ਕਰਕੇ ਅਲਚਾਪੋ ਕੋਲ ਆਪਣੇ ਪਿਓ ਨਾਲ ਖਸਖਸ ਦੀ ਖੇਤੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਜਿਸ ਤੋਂ ਬਾਅਦ ਕੁਝ ਪੈਸਿਆਂ ਦੇ ਬਦਲੇ ਅਲਚਾਪੋ ਆਪਣੇ ਪਿਓ ਨਾਲ ਖਸਖਸ ਦੀ ਖੇਤੀ ਕਰਨ ਲੱਗਾ। ਪਰ ਜਿਵੇਂ ਅਲਚਾਪੋ ਦਾ ਪਿਓ ਇੱਕ ਅਯਾਸ਼ੀ ਕਰਨ ਵਾਲਾ ਵਿਅਕਤੀ ਸੀ ਤਾਂ ਉਹ ਖਸਖਸ ਤੋਂ ਕੀਤੀ ਸਾਰੀ ਕਮਾਈ ਆਪਣੀ ਐਸ਼ ਪ੍ਰਸਤੀ ਵਿੱਚ ਉਡਾ ਦਿੰਦਾ। ਇਸ ਸਭ ਤੋਂ ਤੰਗ ਆ ਅਲਚਾਪੋ ਨੇ ਸਿਰਫ 15 ਸਾਲ ਦੀ ਉਮਰ ਵਿੱਚ ਹੀ ਆਪਣੇ ਭਰਾਵਾਂ ਨਾਲ ਮਿਲ ਅਲੱਗ ਮਾਨਾ ਜਾਣੀ ਭੰਗ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਤੋਂ ਕਮਾਏ ਪੈਸੇ ਨਾਲ ਉਹ ਆਪਣਾ ਘਰ ਸਾਂਭਦਾ। ਹੋਰ ਪੈਸੇ ਕਮਾਉਣ ਦੀ ਭੁੱਖ ਨੇ ਅਲਚਾਪੋ ਨੂੰ ਆਪਣੇ ਛੋਟੇ ਜਿਹੇ ਪਿੰਡ ਤੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਅਤੇ ਡੀਲਰਸ ਦਾ ਵੱਡਾ ਗਰੁੱਪ ਜੁਆਇਨ ਕਰਨ ਲਈ ਆਪਣੇ ਚਾਚੇ ਪੈਦਰੋ ਓਵਿਲੀਅਸ ਕੋਲ ਚਲਾ ਗਿਆ, ਜੋ ਕਿ 1960 ਦੌਰਾਨ ਸਿਨਾਲੋਆ ਸਟੇਟ ਵਿੱਚ ਬਹੁਤ ਹੀ ਵੱਡਾ ਗਲੋਡ ਸੀ ਅਤੇ ਮੈਕਸੀਕੋ ਤੋਂ ਯੂਐਸਏ ਤੱਕ ਭੰਗ ਸਪਲਾਈ ਕਰਦਾ ਸੀ। ਏਰੀਏ ਦੇ ਹਿਸਾਬ ਨਾਲ ਕਾਰਟਲਸ ਜਾਣੀ ਗੈਂਗਸ ਬਣੀਆਂ ਹਨ ਤੇ 1970 ਨੂੰ ਆਪਣਾ ਡਰੱਗ ਲੋਡ ਬਣਨ ਦਾ ਕੈਰੀਅਰ ਸ਼ੁਰੂ ਕਰਦਿਆਂ ਅਲਚਾਪੋ ਨੇ ਹੈਕਟਰ ਨਾਮ ਡਰੱਗ ਲੋਡ ਦੀ ਕਾਰਟਲ ਜੁਆਇਨ ਕੀਤੀ। ਹੁਣ ਮੈਕਸੀਕੋ ਤੋਂ ਯੂਐਸਏ ਤੱਕ ਭੰਗ ਦੀ ਸਪਲਾਈ ਦਾ ਸਾਰਾ ਕੰਮ ਅਲਚਾਪੋ ਹੀ ਸਾਂਭਦਾ ਸੀ। ਆਪਣਾ ਕੰਮ ਪੂਰਾ ਕਰਨ ਲਈ ਅਲਚਾਪੋ ਕਈ ਵਾਰ ਖੂਨ ਖਰਾਬੇ ਤੇ ਵੀ ਉਤਰ ਜਾਂਦਾ ਤੇ ਛੋਟੀ ਛੋਟੀ ਗੱਲ ਪਿੱਛੇ ਉਹ ਕਤਲ ਕਰ ਦਿੰਦਾ, ਜਿਸ ਕਰਕੇ ਕਾਰਟਲ ਦੇ ਸਾਰੇ ਲੋਕ ਉਸ ਤੋਂ ਡਰਦੇ ਸਨ। ਕੰਮ ਪ੍ਰਤੀ ਅਲਚਾਪੋ ਦਾ ਇਹ ਜਜ਼ਬਾ ਦੇਖ ਗੁਆਡਲਜਾਰ ਕਾਰਟਲ ਦੇ ਵੱਡੇ ਲੀਡਰ ਉਸ ਤੋਂ ਬਹੁਤ ਖੁਸ਼ ਹੁੰਦੇ ਅਤੇ ਸਾਰੇ ਵੱਡੇ ਲੀਡਰ ਉਸ ਨੂੰ ਚਾਪੋ ਆਖਦੇ। ਅਲਚਾਪੋ ਦਾ ਮਤਲਬ ਹੁੰਦਾ ਹੈ ਛੋਟਾ ਅਤੇ ਹੌਲੀ ਹੌਲੀ ਸਾਰੇ ਲੋਕ ਉਸ ਨੂੰ ਗੁਜ਼ਮਾਨ ਦੀ ਥਾਂ ਅਲਚਾਪੋ ਨਾਮ ਤੋਂ ਹੀ ਜਾਣਨ ਲੱਗੇ। ਅਲਚਾਪੋ ਛੋਟੇ ਪੁਲਿਸ ਸਿਪਾਹੀ ਤੋਂ ਲੈ ਵੱਡੇ ਵੱਡੇ ਪੋਲੀਟੀਸ਼ੀਅਨਸ ਸਭ ਨੂੰ ਰਿਸ਼ਵਤ ਖਿਲਾਉਂਦਾ ਤਾਂ ਜੋ ਉਸਦੇ ਡਰੱਗਸ ਦੇ ਕਾਲੇ ਧੰਦੇ ਵਿੱਚ ਕੋਈ ਰੁਕਾਵਟ ਨਾ ਆਵੇ। ਡਰੱਗਸ ਨੂੰ ਮੈਕਸੀਕੋ ਤੋਂ ਯੂਐਸਏ ਲਿਜਾਣ ਲਈ ਸੁਰੰਗਾਂ ਪੱਟੀਆਂ ਹੋਈਆਂ ਸਨ ਅਤੇ ਡਰੱਗਸ ਨੂੰ ਕਦੋਂ, ਕਿਵੇਂ ਅਤੇ ਕਿਹੜੇ ਰੂਟ ਤੋਂ ਯੂਐਸਏ ਲਿਜਾਣਾ ਇਹ ਸਾਰੀ ਜ਼ਿੰਮੇਵਾਰੀ ਅਲਚਾਪੋ ਦੀ ਹੀ ਸੀ। ਦਿਨਾਂ ਵਿੱਚ ਅਲਚਾਪੋ ਨੇ ਗੁਆਡਲਾਜਾਰ ਕਾਰਟਲ ਦੀ ਸਪਲਾਈ ਵਧਾ ਦਿੱਤੀ ਅਤੇ ਡਰੱਗਸ ਵੇਚ-ਵੇਚ ਕਾਲੀ ਕਮਾਈ ਦੇ ਢੇਰ ਲਾ ਦਿੱਤੇ, ਜਿਸ ਕਰਕੇ ਅਲਚਾਪੋ ਕਾਰਟਲ ਦੇ ਹੈੱਡ ਫੈਲਿਕਸ ਗਲਾਡੋ ਦੀਆਂ ਨਜ਼ਰਾਂ ਵਿੱਚ ਆ ਗਿਆ ਅਤੇ ਕੁਝ ਹੀ ਸਮੇਂ ਵਿੱਚ ਅਲਚਾਪੋ ਫੈਲਿਕਸ ਦਾ ਚਹੀਤਾ ਬਣ ਗਿਆ। ਹੁਣ ਅਲਚਾਪੋ ਫੈਲਿਕਸ ਦੇ ਪਰਛਾਵੇਂ ਵਾਂਗ ਹਰ ਵੇਲੇ ਉਸਦੇ ਨਾਲ ਰਹਿੰਦਾ, ਜਿਸ ਦੌਰਾਨ ਕਮਰੀਨਾ ਨਾਮ ਦੇ ਇੱਕ ਅੰਡਰਕਵਰ ਡੀਈਏ ਏਜੰਟ ਨੇ ਭੇਸ ਬਦਲ ਅਲਚਾਪੋ ਦੀ ਕਾਰਟਲ ਵਿੱਚ ਫੈਲਿਕਸ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਹੀ ਮੌਕਾ ਦੇਖਦੇ ਨਵੰਬਰ 1984 ਨੂੰ ਗੁਆਡਲਾਜਾਰ ਕਾਰਟਲਸ ਦੇ ਤਖਾਨਿਆਂ ਵਿੱਚ ਰੇਡ ਕਰ ਦਿੱਤੀ ਅਤੇ ਕਰੋੜਾਂ ਦੀ ਭੰਗ ਕਬਜ਼ੇ ਵਿੱਚ ਕਰ ਲਈ। ਫੈਲਿਕਸ ਨੇ ਆਪਣੇ ਨਾਲ ਹੋਏ ਇਸ ਧੋਖੇ ਦਾ ਬਦਲਾ ਕੈਮਰੀਨਾ ਦਾ ਕਤਲ ਕਰਕੇ ਲਿਆ। ਕੈਮਰੀਨਾ ਦੇ ਕਤਲ ਤੋਂ ਬਾਅਦ ਮੈਕਸੀਕੋ ਦੀ ਸਿਆਸਤ ਵਿੱਚ ਖਲਬਲੀ ਪੈਦਾ ਹੋ ਗਈ, ਜਿਸ ਦੌਰਾਨ ਪੂਰੇ ਮੈਕਸੀਕੋ ਵਿੱਚ ਵੱਡੇ ਪੱਧਰ ਤੇ ਇੱਕ ਸਰਚ ਆਪਰੇਸ਼ਨ ਚਲਾ ਗਲੋਡ ਅਰੈਸਟ ਕੀਤੇ ਗਏ, ਜਿਨ੍ਹਾਂ ਤੇ ਪੁਲਿਸ ਨੂੰ ਕੈਮਰੀਨਾ ਦੇ ਕਾਤਲ ਹੋਣ ਦਾ ਸ਼ੱਕ ਸੀ। ਕਾਤਲ ਤਾਂ ਫੜਿਆ ਨਹੀਂ ਗਿਆ, ਪਰ ਅਲਚਾਪੋ ਦਾ ਕੰਪੀਟੀਸ਼ਨ ਜ਼ਰੂਰ ਘਟ ਗਿਆ, ਜਿਸ ਦੌਰਾਨ ਮੌਕਾ ਦੇਖਦੇ ਅਲਚਾਪੋ ਡਰੱਗਸ ਦੀ ਸਪਲਾਈ ਮਹਿੰਗੇ ਮੁੱਲ ਤੇ ਹੋਰ ਤੇਜ਼ ਕਰ ਦਿੱਤੀ। 1989 ਵਿੱਚ ਫੈਲਿਕਸ ਗਲਾਡੋ ਨੂੰ ਪੁਲਿਸ ਅਰੈਸਟ ਕਰ ਲੈਂਦੀ ਹੈ, ਜਿਸ ਤੋਂ ਬਾਅਦ ਗੁਆਡਲਾਜਾਰ ਕਾਰਟਲ ਟੁੱਟ ਜਾਂਦਾ ਹੈ ਅਤੇ ਜਿੰਨੇ ਵੀ ਛੋਟੇ ਛੋਟੇ ਡਰੱਗ ਲੋਡ ਗੁਆਡਲਾਜਾਰ ਕਾਰਟਲ ਦੇ ਥੱਲੇ ਕੰਮ ਕਰਦੇ ਸਨ ਉਹਨਾਂ ਨੇ ਅਲੱਗ ਹੋ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਲਚਾਪੋ ਨੇ ਵੀ ਇੰਜ ਹੀ ਕੀਤਾ, ਉਸਨੇ ਇਲਮਾਓ ਅਤੇ ਪਾਲਮਾ ਨਾਲ ਮਿਲ ਸਿਨਾਲੋਆ ਕਾਰਟਲ ਦੀ ਸ਼ੁਰੂਆਤ ਕੀਤੀ, ਜੋ ਕਿ ਅੱਜ ਦੇ ਸਮੇਂ ਵਿੱਚ ਵੀ ਦੁਨੀਆ ਦਾ ਸਭ ਤੋਂ ਵੱਡਾ ਡਰੱਗ ਮਾਫੀਆ ਹੈ। ਇਸ ਕਾਰਟਲ ਵਿੱਚ ਵੀ ਅਲਚਾਪੋ ਦਾ ਕੰਮ
ਟਰੱਕਸ ਨੂੰ ਮੈਕਸੀਕੋ ਤੋਂ USA ਤੱਕ ਪਹੁੰਚਾਉਣਾ ਸੀ, ਜਿਸ ਵਿੱਚ ਤਾਂ ਉਸ ਨੂੰ ਪਹਿਲਾਂ ਤੋਂ ਹੀ ਮਹਾਰਤ ਹਾਸਲ ਸੀ। ਐਲ ਚਾਪੋ ਮੈਕਸੀਕੋ ਤੇ USA ਦੇ ਬਾਰਡਰ ਦੇ ਆਲੇ ਦੁਆਲੇ ਪ੍ਰੋਪਰਟੀਜ਼ ਲੈਂਦਾ ਅਤੇ ਦੋਨਾਂ ਪ੍ਰੋਪਰਟੀਜ਼ ਹੇਠ ਕਈ ਕਈ ਕਿਲੋਮੀਟਰ ਲੰਬੀਆਂ ਸੁਰੰਗਾਂ ਪੱਟ ਉਹਨਾਂ ਨੂੰ ਅੰਡਰ ਕਨੈਕਟ ਕਰ ਦਿੰਦਾ ਅਤੇ ਇਹ ਸਾਰੀਆਂ ਪ੍ਰੋਪਰਟੀਜ਼ ਜ਼ਿਆਦਾਤਰ ਪੋਸਟ ਕਲੋਨੀਆਂ ਵਿੱਚ ਹੁੰਦੀਆਂ ਸਨ, ਜਿਨ੍ਹਾਂ ਕਰਕੇ ਪੁਲਿਸ ਨੂੰ ਜ਼ਿਆਦਾ ਸ਼ੱਕ ਵੀ ਨਹੀਂ ਸੀ ਹੁੰਦਾ। ਜਿਵੇਂ ਜਿਵੇਂ ਐਲ ਚਾਪੋ ਦਾ ਡਰੱਗ ਮਾਫੀਆ ਵਿੱਚ ਕੱਦ ਵੱਧਦਾ ਗਿਆ, ਉਵੇਂ ਉਵੇਂ ਦੁਸ਼ਮਣਾਂ ਦੀ ਸੂਚੀ ਵੀ ਲੰਬੀ ਹੁੰਦੀ ਗਈ, ਜਿਨ੍ਹਾਂ ਵਿੱਚੋਂ ਸਭ ਤੋਂ ਟੋਪ ਤੇ ਸਨ ਟਿਜੁਆਨਾ ਕਾਟਲ। ਟਿਜੁਆਨਾ ਕਾਟਲ ਦਾ ਸਿਨਾਲੋਆ ਜਾਣੀ ਐਲ ਚਾਪੋ ਦੇ ਗੈਂਗਸਟਰਾਂ ਨਾਲ ਕਾਫੀ ਵਾਰ ਆਮਣਾ ਸਾਹਮਣਾ ਹੋਇਆ। ਦੋਵੇਂ ਕਾਟਲਸ ਨੇ ਇੱਕ ਦੂਜੇ ਦਾ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਕੀਤਾ, ਜਿਸ ਕਰਕੇ ਦੋਵੇਂ ਕਾਟਲਸ ਇੱਕ ਦੂਜੇ ਦੇ ਖੂਨ ਦੇ ਪਿਆਸੇ ਸਨ। ਅਤੇ 1993 ਨੂੰ ਐਲ ਚਾਪੋ ਜਦ ਗਵਾਲਡਾਜਾਰ ਏਅਰਪੋਰਟ ਤੇ ਖੜਾ ਆਪਣੀ ਫਲਾਈਟ ਦੀ ਉਡੀਕ ਕਰ ਰਿਹਾ ਸੀ ਤਾਂ ਟਿਜੁਆਨਾ ਕਾਟਲ ਦੇ ਕੁਝ ਲੋਕ ਉਸਦੀ ਰੇਕੀ ਕਰਦੇ ਕਰਦੇ ਏਅਰਪੋਰਟ ਪਹੁੰਚੇ ਅਤੇ ਐਲ ਚਾਪੋ ਨੂੰ ਇਕੱਲਾ ਦੇਖ ਤੁਰੰਤ ਉਹਨਾਂ ਨੇ ਆਪਣੇ ਸਾਥੀਆਂ ਨੂੰ ਏਅਰਪੋਰਟ ਤੇ ਸੱਦ ਲਿਆ। ਰੇਕੀ ਕਰਨ ਵਾਲੇ ਬੰਦਿਆਂ ਨੇ ਦੱਸਿਆ ਕਿ ਐਲ ਚਾਪੋ ਚਿੱਟੇ ਰੰਗ ਦੀ ਮਰਕਰੀ ਗ੍ਰੈਂਡ ਕਾਰ ਵਿੱਚ ਬੈਠਾ ਹੈ। ਟਿਜੁਆਨਾ ਕਾਟਲ ਦੇ 20 ਬੰਦੇ ਹਥਿਆਰਾਂ ਨਾਲ ਲੈਸ ਗੱਡੀ ਵਿੱਚੋਂ ਉਤਰਦੇ ਹਨ ਅਤੇ ਚਿੱਟੇ ਰੰਗ ਦੀ ਮਰਕਰੀ ਗ੍ਰੈਂਡ ਤੇ ਤਾਬੜਤੋੜ ਗੋਲੀਆਂ ਨਾਲ ਹਮਲਾ ਕਰ ਦਿੰਦੇ। ਪਰ ਐਲ ਚਾਪੋ ਤਾਂ ਕੁਝ ਦੂਰ ਖੜੀ ਹਰੇ ਰੰਗ ਬੁਇਕ ਸੈਡਾਨ ਵਿੱਚ ਬੈਠਾ ਸੀ। ਫਿਰ ਚਿੱਟੀ ਕਾਰ ਵਿੱਚ ਕੌਣ ਸੀ? ਚਿੱਟੀ ਕਾਰ ਵਿੱਚ ਸੀ ਜੁਆਨ ਜੀਸਸ ਅਕੋਂਪੋ, ਜੋ ਕਿ ਮੈਕਸੀਕੋ ਦਾ ਇੱਕ ਬਹੁਤ ਵੱਡਾ ਆਰਚ ਬਿਸ਼ਪ ਸੀ। ਜਿਵੇਂ ਸਾਡੇ ਸਿੱਖ ਧਰਮ ਵਿੱਚ ਜਥੇਦਾਰ ਹੁੰਦੇ ਨੇ, ਉਵੇਂ ਹੀ ਜੁਆਨ ਵੀ ਮੈਕਸੀਕੋ ਵਿੱਚ ਇੱਕ ਬਹੁਤ ਵੱਡਾ ਰੋਮ ਕੈਥੋਲਿਕ ਆਰਕਡੋਮ ਦਾ ਇੱਕ ਬਿਸ਼ਪ ਸੀ। ਜੁਆਨ ਅਕੋਂਪੋ ਦੀ ਮੌਤ ਨੇ ਸਾਰੀ ਮੈਕਸੀਕੋ ਵਿੱਚ ਹੱਲਾ ਕਰਵਾ ਦਿੱਤਾ। ਇੰਨੀ ਵੱਡੀ ਸ਼ਖਸੀਅਤ ਦਾ ਦਿਨ ਦਿਹਾੜੇ ਕਤਲ ਹੋਣ ਨਾਲ ਮੈਕਸੀਕੋ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪਬਲਿਕ ਪ੍ਰੈਸ਼ਰ ਹੇਠਾਂ ਮੈਕਸੀਕੋ ਦੀ ਸਰਕਾਰ ਨੇ ਅਕੋਂਪੋ ਦੇ ਕਤਲ ਵਿੱਚ ਸ਼ਾਮਲ ਹਰ ਇੱਕ ਬੰਦੇ ਤੇ $5 million ਜਾਣੀ $41.51 crore ਰੁਪਏ ਦਾ ਇਨਾਮ ਰੱਖਿਆ। ਜਿਹੜੇ ਐਲ ਚਾਪੋ ਨੂੰ ਹੁਣ ਤੱਕ ਚੰਦ ਲੋਕ ਜਾਣਦੇ ਸਨ, ਉਸ ਦੀ ਤਸਵੀਰ ਹਰ ਇੱਕ ਨਿਊਜ਼ ਚੈਨਲ ਅਤੇ ਨਿਊਜ਼ ਪੇਪਰ ਵਿੱਚ ਦਿਖਣ ਲੱਗੀ। ਪੂਰੀ ਮੈਕਸੀਕੋ ਵਿੱਚ ਰਾਤੋ ਰਾਤ ਐਲ ਚਾਪੋ ਦਾ ਨਾਮ ਹਰ ਇੱਕ ਜ਼ਬਾਨ ਤੇ ਚੜ ਗਿਆ। ਹੁਣ ਐਲ ਚਾਪੋ ਨੂੰ ਡਰ ਸੀ ਕਿ ਸਰਕਾਰ ਉਸ ਨੂੰ ਮਾਰ ਦੇਵੇਗੀ, ਜਿਸ ਦੌਰਾਨ ਐਲ ਚਾਪੋ ਨੇ ਆਪਣੇ ਪਰਿਵਾਰ ਲਈ $200 million ਛੱਡ ਦੇਸ਼ ਛੱਡਣ ਦਾ ਫੈਸਲਾ ਲਿਆ। ਨਕਲੀ ਪਾਸਪੋਰਟ ਲੈ ਐਲ ਚਾਪੋ ਜਦ ਮੈਕਸੀਕੋ ਤੋਂ ਭੱਜਣ ਦੀ ਪੂਰੀ ਤਿਆਰੀ ਵਿੱਚ ਸੀ ਤਾਂ ਉਸਦੇ ਆਪਣੇ ਹੀ ਕਿਸੇ ਸਾਥੀ ਨੇ ਇਹ ਜਾਣਕਾਰੀ ਸਰਕਾਰੀ ਅਫਸਰਾਂ ਤੱਕ ਪਹੁੰਚਾ ਦਿੱਤੀ। ਨਹੀਂ, ਤੁਹਾਡੀ ਵੀਡੀਓ ਨਹੀਂ ਰੁਕੀ। ਮੈਂ ਇੱਕ ਜਸਟ ਰਿਕੁਐਸਟ ਕਰਨ ਆਇਆ ਕਿ ਹਾਲੇ ਤੱਕ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਉੱਪਰ ਨੀਲਾ ਫੋਲੋ ਦਾ ਬਟਨ ਜ਼ਰੂਰ ਦੱਬਣਾ ਅਤੇ ਤੁਸੀਂ ਮੈਨੂੰ ਸਪੋਰਟ ਕਰਨ ਲਈ ਸਟਾਰ ਵੀ ਭੇਜ ਸਕਦੇ ਹੋ। ਜੇ ਤੁਸੀਂ ਸਟਾਰ ਨਹੀਂ ਭੇਜ ਸਕਦੇ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਵੀ ਮੇਰੀ ਸਪੋਰਟ ਕਰ ਸਕਦੇ ਹੋ। ਹੁਣ ਆਪਾਂ ਅੱਗੇ ਵੀਡੀਓ ਕੰਟੀਨਿਊ ਕਰਦੇ ਹਾਂ। 9 June 1993 ਨੂੰ ਐਲ ਚਾਪੋ ਨੂੰ ਮੈਕਸੀਕੋ ਦੇ ਬਾਰਡਰ ਲਾਗੇ ਇੱਕ ਹੋਟਲ ਵਿੱਚੋਂ ਆਰਮੀ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ, ਜਿਸ ਦੌਰਾਨ ਐਲ ਚਾਪੋ ਨੂੰ ਕਤਲ, ਡਰੱਗ ਟ੍ਰੈਫਿਕਿੰਗ ਅਤੇ ਰਿਸ਼ਵਤਖੋਰੀ ਦੇ ਦੋਸ਼ਾਂ ਤਹਿਤ 20 ਸਾਲ ਦੀ ਸਜ਼ਾ ਸੁਣਾਈ ਗਈ, ਜਿਸ ਦੌਰਾਨ ਐਲ ਚਾਪੋ ਆਪਣਾ ਕਾਰੋਬਾਰ ਜੇਲ੍ਹ ਵਿੱਚੋਂ ਹੀ ਚਲਾਉਣ ਲੱਗਾ। ਅਤੇ ਫਿਰ ਸਨ 2000 ਵਿੱਚ ਐਲ ਚਾਪੋ ਨੇ ਜੇਲ੍ਹ ਵਿੱਚੋਂ ਭੱਜਣ ਦੀ ਤਿਆਰੀ ਕੀਤੀ, ਜਿਸ ਦੌਰਾਨ ਉਸਨੇ ਛੋਟੇ ਚਪੜਾਸੀ ਤੋਂ ਲੈ ਜੇਲ੍ਹ ਦੇ ਹਰ ਇੱਕ ਵੱਡੇ ਅਫਸਰ ਨੂੰ ਰਿਸ਼ਵਤ ਖਿਲਾਈ ਅਤੇ 19 January 2001 ਨੂੰ ਬੜੀ ਹੀ ਆਸਾਨੀ ਨਾਲ ਐਲ ਚਾਪੋ USA ਦੀ ਸੈਨ ਡਿਏਗੋ ਜੇਲ੍ਹ ਵਿੱਚੋਂ ਇੱਕ ਲਾਂਡਰੀ ਟਰੱਕ ਵਿੱਚ ਬੈਠ ਫਰਾਰ ਹੋ ਗਿਆ। ਜੇਲ੍ਹ ਵਿੱਚੋਂ ਨਿਕਲ ਐਲ ਚਾਪੋ ਨੇ ਡਰੱਗ ਮਾਫੀਆ ਤੇ ਆਪਣਾ ਦੁਬਾਰਾ ਦਬਦਬਾ ਬਣਾਉਣ ਲਈ ਬਹੁਤ ਸਾਰੇ ਕਤਲ ਕੀਤੇ। ਪੂਰੇ 13 ਸਾਲ ਤੱਕ ਐਲ ਚਾਪੋ ਫਰਾਰ ਰਿਹਾ ਅਤੇ ਮੈਕਸੀਕੋ ਦੀ ਪੁਲਿਸ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਐਲ ਚਾਪੋ ਤੇ ਕੋਈ ਐਕਸ਼ਨ ਨਹੀਂ ਲੈਂਦੀ, ਕਿਉਂਕਿ ਐਲ ਚਾਪੋ ਨੇ ਆਪਣੀ ਦੌਲਤ ਨਾਲ ਹਰ ਇੱਕ ਨੂੰ ਖਰੀਦੇ ਹੋਇਆ ਸੀ। ਦਿਨੋ ਦਿਨ ਡਰੱਗ ਰਿਲੇਟਡ ਕਿਲਿੰਗਸ ਦੀ ਗਿਣਤੀ ਵੱਧਦੀ ਗਈ, ਪਰ ਅਮਰੀਕਾ ਦੀ DEA ਜਾਣੀ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਐਲ ਚਾਪੋ ਪਿੱਛੇ ਹੱਥ ਧੋ ਪਈ ਸੀ ਅਤੇ 2014 ਵਿੱਚ ਐਲ ਚਾਪੋ ਦੇ ਟਿਕਾਣੇ ਦੀ ਪੱਕੀ ਖਬਰ ਮਿਲਣ ਤੇ DEA ਨੇਵੀ ਦੇ 65 ਮਰੀਨਾ ਸਮੇਤ ਸਵੇਰੇ ਤਕਰੀਬਨ 3 ਵਜੇ ਐਲ ਚਾਪੋ ਦੇ ਹੋਟਲ ਤੇ ਰੇਡ ਕਰਦੀ ਹੈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਮੈਕਸੀਕੋ ਦੀ ਫੈਡਰਲ ਸੋਸ਼ਲ ਅਲਮੋਇਆ ਨਾਮ ਦੀ ਹਾਈ ਸਿਕਿਉਰਿਟੀ ਜੇਲ੍ਹ ਵਿੱਚ ਕੈਦ ਕੀਤਾ ਗਿਆ। ਜੇਲ੍ਹ ਵਿੱਚ ਐਲ ਚਾਪੋ ਦੀ ਸਿਕਿਉਰਿਟੀ ਲਈ ਖਾਸ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਐਲ ਚਾਪੋ ਇਸ ਵਾਰ ਵੀ ਜੇਲ੍ਹ ਵਿੱਚੋਂ ਨਾ ਭੱਜ ਜਾਵੇ। ਐਲ ਚਾਪੋ ਦੇ ਬੈਰਕ ਨੂੰ 24 ਘੰਟੇ CCTV ਦੀ ਨਿਗਰਾਨੀ ਵਿੱਚ ਰੱਖਿਆ ਗਿਆ, ਪਰ ਜੇਲ੍ਹ ਵਿੱਚੋਂ ਭੱਜਣ ਤੋਂ ਐਲ ਚਾਪੋ ਨੂੰ ਇਸ ਵਾਰ ਵੀ ਕੋਈ ਨਾ ਰੋਕ ਸਕਿਆ। ਇਸ ਵਾਰ ਤਾਂ ਬਹੁਤ ਹੀ ਫਿਲਮੀ ਤਰੀਕੇ ਨਾਲ ਐਲ ਚਾਪੋ ਜੇਲ੍ਹ ਵਿੱਚੋਂ ਫਰਾਰ ਹੋਇਆ, ਜਿਸ ਦੇ ਚਰਚੇ ਪੂਰੀ ਦੁਨੀਆ ਵਿੱਚ ਸਨ। ਐਲ ਚਾਪੋ ਦੇ ਸੈੱਲ ਵਿੱਚ ਹਰ ਪਾਸੇ CCTV ਲੱਗੇ ਹੋਏ ਸਨ, ਪਰ ਜਿੱਥੇ ਐਲ ਚਾਪੋ ਦਾ ਬਾਥਰੂਮ ਸੀ ਉੱਥੇ ਛੋਟੀ ਜਿਹੀ ਕੰਧ ਨਾਲ ਪਰਦਾ ਕੀਤਾ ਹੋਇਆ ਸੀ ਐਲ ਚਾਪੋ ਦੀ ਪ੍ਰਾਈਵੇਸੀ ਵਾਸਤੇ, ਅਤੇ ਇਸ ਛੋਟੀ ਜਿਹੀ ਕੰਧ ਦਾ ਹੀ ਐਲ ਚਾਪੋ ਨੇ ਫਾਇਦਾ ਚੱਕਿਆ। 11 July 2015 ਹਰ ਰੋਜ਼ ਦੀ ਤਰ੍ਹਾਂ ਐਲ ਚਾਪੋ ਨਹਾਉਣ ਬਾਥਰੂਮ ਗਿਆ, ਪਰ ਤਕਰੀਬਨ 20 ਮਿੰਟ ਦਾ ਸਮਾਂ ਬੀਤਣ ਮਗਰੋਂ ਵੀ ਉਹ ਵਾਪਸ ਨਹੀਂ ਆਇਆ ਅਤੇ ਗਾਰਡ ਜਦ ਐਲ ਚਾਪੋ ਦੇ ਚੈਂਬਰ ਵਿੱਚ ਗਿਆ ਤਾਂ ਉੱਥੋਂ ਦਾ ਦ੍ਰਿਸ਼ ਦੇਖ ਉਸਦੇ ਪੈਰਾਂ ਤਲੇ ਉਹ ਜ਼ਮੀਨ ਖਿਸਕ ਗਈ। ਜਿੱਥੇ ਐਲ ਚਾਪੋ ਦੀ ਟੋਇਲਟ ਸੀ ਉਹ ਉੱਥੋਂ ਹੀ ਇੱਕ ਸੁਰੰਗ ਪੱਟ ਕੇ ਭੱਜ ਗਿਆ। ਬਾਅਦ ਵਿੱਚ ਜਦ ਛਾਣਬੀਣ ਕੀਤੀ ਗਈ ਤਾਂ ਪਤਾ ਚੱਲਿਆ ਕਿ 1.5 ਕਿਲੋਮੀਟਰ ਦੀ ਸੁਰੰਗ ਪੱਟੀ ਗਈ ਸੀ ਐਲ ਚਾਪੋ ਦੇ ਸਾਥੀਆਂ ਵੱਲੋਂ ਉਸ ਨੂੰ ਜੇਲ੍ਹ ਵਿੱਚੋਂ ਭਜਾਉਣ ਲਈ, ਅਤੇ ਇਹ ਕੋਈ ਆਮ ਸੁਰੰਗ ਨਹੀਂ ਸੀ। ਇਸ ਵਿੱਚ ਐਲ ਚਾਪੋ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ, ਜਿਵੇਂ ਏਅਰ ਵੈਂਟੀਲੇਸ਼ਨ, ਲਾਈਟਸ ਅਤੇ ਇੱਕ ਮੋਟਰਸਾਈਕਲ ਵੀ।
जिस ते बैट ओ आसानी नाल भज सके। एल चापो ने FBI DEA सब दी नक विच दम कर रख्या होया सी, क्योंकि हुण तक एल चापो नूं फड़न लई मैक्सिकन ते USA सरकार करोड़ां डालर खर्च चुकी सी अते ओ हर वार उहनां दी हिरासत तों फरार हो जांदा, जिस तों बाद एल चापो नूं फड़न लई इक ब्लैक स्वान नाम दा ऑपरेशन चलाया गया, जिस विच USA ते मैक्सिको दीआं सारीआं सीक्रेट एजेंसियां मिल के काम करदीआं हन। जिस दौरान उहनां नूं अपने सूत्रां तों खबर मिली कि लोस मोचिस नाम दे इक शहर विच काफी सारे प्राइवेट आर्मड गार्ड्स दिखाई दिते गए अते इह सारे गार्ड्स इक फार्म हाउस की सिक्योरिटी ते लगे हुए हैं, जिस तो बाद सीक्रेट एजेंसियां नूं शक पिया कि इस फार्म हाउस विच एल चापो रह रहा होगा अते उन्होंने इस फार्म हाउस की रेकी करनी शुरू कर दी। जब घर की रेकी की गई ਤਾਂ ਐਲ ਚਾਪੋ ਉੱਥੇ ਹੀ ਮੌਜੂਦ ਸੀ ਅਤੇ ਮੌਕਾ ਦੇਖਦੇ ਹੀ 8 ਜਨਵਰੀ 2016 ਨੂੰ ਉਸ ਫਾਰਮ ਹਾਊਸ ਤੇ ਵੱਡੀ ਫੋਰਸ ਲੈ ਰੇਡ ਕੀਤੀ ਗਈ, ਪਰ ਉਸ ਫਾਰਮ ਹਾਊਸ ਥੱਲੇ ਵੀ ਐਲ ਚਾਪੋ ਨੇ ਇੱਕ 1.5 ਕਿਲੋਮੀਟਰ ਲੰਬੀ ਸੁਰੰਗ ਪੱਟੀ ਹੋਈ ਸੀ ਜਿੱਥੋਂ ਉਹ ਰੇਡ ਦੌਰਾਨ ਭੱਜਣ ਵਿੱਚ ਕਾਮਯਾਬ ਹੋ ਗਿਆ, ਪਰ ਤਕਰੀਬਨ 20 ਕਿਲੋਮੀਟਰ ਦੂਰ ਉਸ ਨੂੰ ਇੱਕ ਨਾਕੇ ਤੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਵਾਰ ਐਲ ਚਾਪੋ ਨੂੰ 38 ਸਾਲ ਦੀ ਸਜ਼ਾ ਹੋਈ। ਅੱਜ ਦੇ ਸਮੇਂ ਐਲ ਚਾਪੋ ADX ਫਲੋਰੈਂਸ USA ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਜੇਲ੍ਹ ਵਿੱਚ ਬੰਦ ਹੈ ਜਿੱਥੋਂ ਉਸ ਦਾ ਭੱਜਣਾ ਤਕਰੀਬਨ ਨਾਮੁਮਕਿਨ ਹੈ। ਇਹ ਸਾਰੀ ਕਹਾਣੀ ਤੋਂ ਸਾਨੂੰ ਇਹ ਤਾਂ ਪਤਾ ਚੱਲ ਗਿਆ ਕਿ ਐਲ ਚਾਪੋ ਕੋਈ ਚੰਗਾ ਬੰਦਾ ਨਹੀਂ, ਪਰ ਮੈਕਸੀਕੋ ਦੇ ਲੋਕ ਕਿਉਂ ਅੱਜ ਵੀ ਉਸ ਨੂੰ ਆਪਣਾ ਮਸੀਹਾ ਮੰਨਦੇ ਹਨ, ਕਿਉਂ ਉਸ ਦੀਆਂ ਟੀ-ਸ਼ਰਟਸ ਪਾਉਂਦੇ ਹਨ, ਉਸ ਦੀਆਂ ਰੈਲੀਆਂ ਕੱਢਦੇ ਹਨ ਅਤੇ ਜਲਦ ਤੋਂ ਜਲਦ ਉਸ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਦੀ ਦੁਆ ਕਰਦੇ ਹਨ। ਇਹ ਤਸਵੀਰ ਦੇਖੋ ਜਿਸ ਵਿੱਚ ਦਿਖਾਈ ਦੇਣ ਵਾਲਾ ਸਟੈਚੂ ਜੀਸਸ ਮਾਲਵਰ ਦੇ ਦਾ ਹੈ, ਜਿਸ ਦਾ ਜਨਮ 1870 ਦੇ ਦੌਰ ਵਿੱਚ ਮੈਕਸੀਕੋ ਦੀ ਸਿਨਾਲੋਆ ਸਟੇਟ ਵਿੱਚ ਹੋਇਆ ਅਤੇ ਮੈਕਸੀਕਨ ਲੋਕ ਇਸ ਨੂੰ ਆਪਣਾ ਰੋਬਿਨ ਹੁੱਡ ਦੱਸਦੇ ਹਨ, ਕਿਉਂਕਿ ਜੀਸਸ ਮਾਲਵਰ ਦੇ ਅਮੀਰਾਂ ਤੋਂ ਲੁੱਟ ਗਰੀਬਾਂ ਵਿੱਚ ਵੰਡਦਾ ਸੀ। ਜੀਸਸ ਮਾਲਵਰ ਦੇ ਆਪਣੇ ਬੇਸਹਾਰਾ ਮੈਕਸੀਕਨ ਲੋਕਾਂ ਦੀ ਆਵਾਜ਼ ਬਣ ਖੜਦਾ ਸੀ, ਕਿਉਂਕਿ 1880 ਦੇ ਦੌਰ ਵਿੱਚ ਪਰਫੀਰੀਓ ਨਾਮ ਦਾ ਇੱਕ ਤਾਨਾਸ਼ਾ ਮੈਕਸੀਕੋ ਦਾ ਰਾਜ ਚਲਾ ਰਿਹਾ ਸੀ, ਜਿੱਥੇ ਉਹ ਛੋਟੇ ਲੋਕ ਅਤੇ ਗਰੀਬ ਕਿਸਾਨਾਂ ਨਾਲ ਬਹੁਤ ਧੱਕਾ ਕਰਦਾ। ਗਰੀਬ ਕਿਸਾਨਾਂ ਦੀ ਕਮਾਈ ਵਿੱਚੋਂ ਇੱਕ ਮੋਟੀ ਰਕਮ ਵੱਡੇ ਅਫਸਰ ਖਾ ਜਾਂਦੇ ਅਤੇ ਇਨਸਾਫ ਮੰਗਣ ਤੇ ਵੀ ਪਰਫੀਰੀਓ ਡਿਆਸ ਮੈਕਸੀਕਨ ਕਿਸਾਨਾਂ ਦੀ ਕੋਈ ਸਾਰ ਨਹੀਂ ਸੀ ਲੈਂਦਾ। ਜਿਸ ਦੌਰਾਨ ਜੀਸਸ ਮਾਲਵੇਰਦਾ ਨੇ ਲੋਕਾਂ ਦਾ ਸਹਾਰਾ ਬਣਨ ਦਾ ਫੈਸਲਾ ਲਿਆ ਅਤੇ ਉਸਨੇ ਅਮੀਰਾਂ ਤੋਂ ਲੁੱਟ ਗਰੀਬਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ। ਮੌਕੇ ਦੀ ਜ਼ਾਲਮ ਸਰਕਾਰ ਨੇ ਗੁਲਾਮੀ ਦੇ ਉਸ ਦੌਰ ਵਿੱਚ ਸਿਰ ਕੱਢ ਤੋਰਨ ਵਾਲੀ ਜ਼ਮੀਰ ਨੂੰ ਆਪਣਾ ਗੁਲਾਮ ਬਣਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਨਾ ਮੰਨਣ ਤੇ ਮੌਕੇ ਦੀ ਸਰਕਾਰ ਵੱਲੋਂ ਜੀਸਸ ਮਾਲਵੇਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜੀਸਸ ਮਾਲਵੇਰ ਆਪਣੇ ਲੋਕਾਂ ਲਈ ਲੜਦਾ ਲੜਦਾ ਅਮਰ ਹੋ ਗਿਆ। ਮੈਕਸੀਕੋ ਦੇ ਲੋਕ ਅੱਜ ਵੀ ਜੀਸਸ ਮਾਲਵੇਰ ਨੂੰ ਆਪਣਾ ਮਸੀਹਾ ਮੰਨਦੇ ਹਨ ਅਤੇ ਮੈਕਸੀਕੋ ਵਿੱਚ ਉਸ ਦਾ ਮੰਦਿਰ ਵੀ ਬਣਿਆ ਹੋਇਆ ਹੈ। ਪਰ ਐਲ ਚਾਪੋ ਦੀ ਕਹਾਣੀ ਵਿੱਚ ਜੀਸਸ ਮਾਲਵੇਰ ਦਾ ਜ਼ਿਕਰ ਕਿਉਂ, ਇਹ ਜਾਣਨ ਲਈ ਅਸੀਂ ਦੁਬਾਰਾ ਉਸ ਤਸਵੀਰ ਤੇ ਆਉਂਦੇ ਹਾਂ। ਫੋਟੋ ਧਿਆਨ ਨਾਲ ਦੇਖਣ ਤੇ ਤੁਹਾਨੂੰ ਜੀਸਸ ਮਾਲਵੇਰ ਦੇ ਸਟੈਚੂ ਨਾਲ ਇੱਕ ਛੋਟੀ ਜਿਹੀ ਮੂਰਤੀ ਦਿਖਾਈ ਦੇਵੇਗੀ ਜੋ ਕਿ ਐਲ ਚਾਪੋ ਦੀ ਹੈ। ਹੁਣ ਜੀਸਸ ਮਾਲਵੇਰ ਨੇ ਤਾਂ ਆਪਣੇ ਲੋਕਾਂ ਲਈ ਜਾਨ ਗਵਾਈ, ਮੈਕਸੀਕੋ ਵਿੱਚ ਤਾਂ ਉਸ ਦੀ ਪੂਜਾ ਹੁੰਦੀ ਹੈ, ਪਰ ਇੰਨੀ ਵੱਡੀ ਸ਼ਖਸੀਅਤ ਨਾਲ ਐਲ ਚਾਪੋ ਦੀ ਮੂਰਤੀ ਰੱਖਣ ਦੀ ਕੀ ਵਜ੍ਹਾ ਹੋ ਸਕਦੀ? ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਐਲ ਚਾਪੋ ਵੀ ਆਪਣੇ ਲੋਕਾਂ ਲਈ ਜੀਸਸ ਮਾਲਵੇਰ ਵਾਂਗ ਹੀ ਖੜਦਾ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਮੈਕਸੀਕੋ ਦੀ ਸਰਕਾਰ ਬਹੁਤ ਹੀ ਤੇ ਤਾਨਾਸ਼ਾਹ ਹੈ। ਅਮੀਰਾਂ ਲਈ ਵੱਖਰੇ ਕਾਨੂੰਨ ਹਨ ਅਤੇ ਗਰੀਬਾਂ ਲਈ ਵੱਖਰੇ। ਅੱਜ ਵੀ ਮੈਕਸੀਕੋ ਦੀ ਖੇਤੀ ਕਿਸਾਨਾਂ ਲਈ ਘਾਟੇ ਦਾ ਸੌਦਾ ਹੈ ਅਤੇ 1985 ਦੌਰਾਨ ਖੇਤੀਬਾੜੀ ਕੀਤਾ ਮੈਕਸੀਕੋ ਦੀ GDP ਵਿੱਚ ਤਕਰੀਬਨ 6.8 ਦੇ ਕਰੀਬ ਯੋਗਦਾਨ ਪਾਉਂਦਾ ਸੀ, ਜੋ ਕਿ ਅੱਜ ਦੇ ਸਮੇਂ ਵਿੱਚ ਘਟ ਕੇ ਸਿਰਫ 3% ਹੀ ਰਹਿ ਗਿਆ ਹੈ ਅਤੇ ਫਸਲਾਂ ਦੇ ਮੁੱਲ ਨਾ ਮਿਲਣ ਕਰਕੇ ਛੋਟੇ ਕਿਸਾਨ ਆਪਣਾ ਖਰਚਾ ਕੱਢਣ ਲਈ ਭੰਗ ਅਤੇ ਖਸਖਸ ਦੀ ਖੇਤੀ ਕਰਦੇ ਅਤੇ ਛੋਟੇ ਕਿਸਾਨਾਂ ਨੂੰ ਸਰਕਾਰ ਤੋਂ ਬਚਾਉਣ ਲਈ ਐਲ ਚਾਪੋ ਹਿੱਕੜਾ ਖੜਦਾ। ਐਲ ਚਾਪੋ ਨੂੰ ਮੈਕਸੀਕੋ ਅਤੇ USA ਦੀ ਸਰਕਾਰ ਵੱਲੋਂ ਕਈ ਵਾਰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਮੈਕਸੀਕੋ ਨੇ USA ਨਾਲ ਮਿਲ ਉਸ ਨੂੰ ਕਈ ਵਾਰ ਜੇਲ੍ਹ ਵਿੱਚ ਵੀ ਕੈਦ ਕੀਤਾ, ਪਰ ਐਲ ਚਾਪੋ ਕਿਸੇ ਦੀ ਗੁਲਾਮੀ ਕੱਟ ਨਹੀਂ ਸੀ ਰਹਿਣਾ ਚਾਹੁੰਦਾ, ਜਿਸ ਕਰਕੇ ਉਹ ਜੇਲ੍ਹ ਵਿੱਚੋਂ 2 ਵਾਰ ਫਰਾਰ ਵੀ ਹੋਇਆ। ਅੱਜ ਵੀ ਜ਼ਿਆਦਾਤਰ ਮੈਕਸੀਕੋ ਦੇ ਲੋਕ ਇਹੀ ਚਾਹੁੰਦੇ ਹਨ ਕਿ ਉਹ ਜੇਲ੍ਹ ਵਿੱਚੋਂ ਬਾਹਰ ਆ ਜਾਵੇ, ਕਿਉਂਕਿ ਉਹੀ ਗਰੀਬ ਅਤੇ ਛੋਟੇ ਕਿਸਾਨਾਂ ਦਾ ਸਹਾਰਾ ਹੈ। ਜੀਸਸ ਮਾਲਵਰਦੇ ਦਾ ਮੰਦਿਰ ਸਾਂਭਣ ਵਾਲੇ ਵਿਅਕਤੀ ਦਾ ਵੀ ਇਹੀ ਬਿਆਨ ਹੈ ਕਿ ਐਲ ਚਾਪੋ ਇੱਕ ਚੰਗਾ ਬੰਦਾ ਹੈ ਅਤੇ ਉਸ ਦਾ ਵੀ ਸਾਨੂੰ ਇੱਕ ਮੰਦਿਰ ਬਣਾਉਣਾ ਚਾਹੀਦਾ। ਐਲ ਚਾਪੋ ਦੇ ਜੇਲ੍ਹ ਵਿੱਚੋਂ ਭੱਜਣ ਬਾਰੇ ਤਾਂ ਸਭ ਨੂੰ ਪਤਾ ਹੈ, ਪਰ ਕੀ ਤੁਹਾਨੂੰ ਜੀਸਸ ਮਾਲਵਰਦੇ ਬਾਰੇ ਪਤਾ ਸੀ? ਮੈਨੂੰ ਕਮੈਂਟ ਬਾਕਸ ਵਿੱਚ ਇਸ ਬਾਰੇ ਜ਼ਰੂਰ ਦੱਸਣਾ। ਵੀਡੀਓ ਕਿਵੇਂ ਦੀ ਲੱਗੀ ਆਪਣੇ ਵਿਚਾਰ ਮੈਨੂੰ ਜ਼ਰੂਰ ਦੇਣਾ, ਇਸ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ, ਇਸ ਨਾਲ ਮੈਨੂੰ ਇਦਾਂ ਦੀਆਂ ਹੋਰ ਵੀਡੀਓਜ਼ ਬਣਾਉਣ ਵਿੱਚ ਹੌਸਲਾ ਮਿਲੇਗਾ। ਮੈਨੂੰ ਸਪੋਰਟ ਕਰਨ ਲਈ ਅਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਉੱਪਰ ਨੀਲਾ ਫੋਲੋ ਦਾ ਬਟਨ ਦੱਬ ਕੇ ਤੁਹਾਡਾ ਆਪਣਾ ਚੈਨਲ ਜਸਟ ਮਲਹਾਰ ਜ਼ਰੂਰ ਫੋਲੋ ਕਰਨਾ। ਧੰਨਵਾਦ।